ਸਤਿ ਸ਼੍ਰੀ ਅਕਾਲ ਜੀ, ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ ਅੱਜ ਦੇ ਨਵੇਂ ਵਲੌਗ 'ਚ। ਸੋ ਹੋਪ ਕਰਦੇ ਹਾਂ ਸਾਰੇ ਤੁਸੀਂ ਵਧੀਆ ਹੋਵੋਗੇ, ਮੈਂ ਵੀ ਵਧੀਆ ਹਾਂ। ਅੱਜ ਐਤਵਾਰ ਆ, ਹਾਂ ਐਤਵਾਰ ਆ, ਅੱਜ ਸੰਡੇ ਆ, ਅਤੇ ਬਾਰਿਸ਼ ਬਾਹਰ ਤਾਂ ਬਹੁਤ ਜ਼ਿਆਦਾ ਤੇਜ਼ ਹੋ ਰਹੀ ਹੈ। ਕੈਮਰੇ ਲੱਗੇ ਮੈਂ ਬਾਹਰ ਦੇਖ ਰਿਹਾ, ਬਹੁਤ ਜ਼ਿਆਦਾ ਬਾਰਿਸ਼ ਤੇਜ਼ ਹੋ ਰਹੀ ਹੈ। ਪਲੈਨ ਬਣ ਰਿਹਾ ਸੀਗਾ ਕੁਝ ਖਾਣ ਦਾ, ਬਾਕੀ ਦੇਖਦੇ ਹਾਂ ਵੀ, ਹਾਲੇ ਤਾਂ 9 ਵਜੇ ਆ, ਹਾਲੇ ਤਾਂ ਸ਼ੋਪ ਵੀ ਨਹੀਂ ਕੁਛ ਖੁੱਲ੍ਹੀ ਹੋਣੀ ਆ। ਪਹਿਲੇ ਆਓ, ਤੁਹਾਨੂੰ ਬਾਰਿਸ਼ ਬਾਰ ਦਿਖਾਵਾਂ। ਕਹਿੰਦੇ ਵੀ ਮਿੱਤਰੋ ਬਾਰਿਸ਼ ਬਾੜੀ ਤੇਜ਼ ਆ, ਓਏ ਹੋਏ ਹੋਏ, ਲੈ ਵੀ ਮਿੱਤਰਾ ਦੁਬਾਰਾ ਬਿੱਲੋ ਧੋਤੀ ਜੀ, ਬਾਰਿਸ਼ ਬਾਹਲੀ ਤੇਜ਼ ਆ, ਕਾਲਾ ਬੱਦਲ ਬਣਿਆ ਵਾ ਚੰਗਾ, ਦਿਨ ਦੇ ਟਾਈਮ ਕਾਲਾ ਕੰਮ ਹੋਇਆ ਵੀ। ਮਿੱਤਰੋ ਚੰਗੀ ਬਾਰਿਸ਼ ਪੈ ਰਹੀ ਆ ਆਪਣੇ ਲੁਧਿਆਣੇ, ਇਸ ਮੌਸਮ ਵਿੱਚ ਸਮੋਸੇ ਮਿਲ ਜਾਣਾ ਕੁਛ ਗਰਮ ਗਰਮ, ਮੈਂ ਕਹਿੰਦਾ ਵੀ ਦਿਹਾੜੀ ਬਣ ਜਾਊ। ਭਾਜੀ ਵੀ ਕਹਿੰਦੇ ਚੱਲਦੇ ਹਾਂ ਸਮੋਸੇ ਖਾਣ, ਅਤੇ ਭਾਜੀ ਲੈ ਕੇ ਆਏ ਸੀਗੇ ਗੱਡੀ, ਅਸੀਂ ਦੋਨੋਂ ਬਾਈਕ 'ਤੇ ਆਏ ਸੀਗੇ, ਮੈਂ ਅਤੇ ਗੁਰਨੂਰ ਭਾਜੀ। ਹੁਣ ਬਾਰਿਸ਼ ਚੰਗੀ ਤੇਜ਼ ਪੈ ਰਹੀ, ਹੁਣ ਨਿਕਲ ਪਏ ਆਪਾਂ ਸਮੋਸੇ ਖਾਣ, ਕੀ ਤੁਹਾਨੂੰ ਦੁਕਾਨ 'ਤੇ ਮਿਲਣੇ ਆ, ਸ਼ਬਦ ਲੱਗੇ ਨੇ ਆਪਣੇ। ਪਹਿਲਾਂ ਅਸੀਂ ਗਏ ਸੀਗੇ ਬਸੰਤ ਦੇ, ਅਤੇ ਉਹਨਾਂ ਕੋਲ ਸਮੋਸੇ ਅਵੇਲੇਬਲ ਨਹੀਂ ਹੈਗੇ, ਮੋਰਨਿੰਗ ਦਾ ਟਾਈਮ ਹੈ ਜਲਦੀ, ਅਤੇ ਹੁਣ ਉਹ ਕਹਿੰਦੇ ਕਿ ਹਾਲੇ ਤੱਕ ਬਣੇ ਨਹੀਂ, ਅਤੇ ਹੁਣ ਅਸੀਂ ਚੱਲੇ ਬੀਕਾਨੇਰ 'ਤੇ। ਬਾਰਿਸ਼ ਤਾਂ ਬਹੁਤ ਜ਼ਿਆਦਾ ਤੇਜ਼ ਚੁੱਕੀ ਹੈ, ਬਾਹਰ ਨੇਰ ਦੇਖੋ, ਹਨੇਰਾ ਪਿਆ ਗਿਆ ਚੰਗਾ, ਇੱਧਰ ਕਵਾਲੀਆਂ ਚੱਲ ਰਹੀਆਂ, ਕਾਫੀ ਤੇਜ਼ ਆ ਬਾਰਿਸ਼। ਲਾਇਲਪੁਰ 'ਤੇ ਵੀ ਪਹਿਲੇ ਹੋ ਕੇ ਆਏ ਆ, ਇੱਥੇ ਬੰਦ ਸੀਗਾ, ਹਾਲੇ ਹਾਲੇ ਤੱਕ ਮਿਲੇ ਨਹੀਂ, ਹਾਲੇ ਬੰਦ ਆ, ਹੁਣ ਬੀਕਾਨੇਰ 'ਤੇ ਆਏ ਹਾਂ, ਆ ਗਿਆ ਬੀਕਾਨੇਰ, ਆ ਗਿਆ ਵੀ ਬੀਕਾਨੇਰ 'ਤੇ। ਆਹ ਦੇਖੋ ਕਿੱਡੀ ਸੋਹਣੀ ਮਿਠਾਈ ਹੈ ਨਾ, ਆਹ ਗੁਲਾਬ ਵਾਲੀ ਮੇਰੀ ਫੇਵਰੇਟ ਆ, ਸਮੋਸੇ ਬਾਈ ਨੂੰ ਆਰਡਰ ਦਿੱਤੇ ਆ। ਆਹ ਦੇਖੋ ਕੱਟ ਕੇ ਸਮੋਸਾ, ਆਹ ਮਿੱਠੇ ਵਾਲਾ ਹੈ, ਮਟਰ ਪਿਆ ਨਹੀਂ ਖਾਣਾ, ਗਰਮ ਆਲੂ ਵਾਲਾ ਜਿਹੜਾ ਹੁੰਦਾ। ਬਾਰਿਸ਼ ਹੋ ਗਈ ਬਾਹਲੀ ਤੇਜ਼, ਹਲੇ ਸਮੋਸੇ ਬਣ ਰਹੇ ਆ, ਅਤੇ ਭਾਜੀ ਨੇ ਵੇਟ ਕਰਦੇ ਹੋਏ ਕਦੀ ਅੰਦਰ ਜਾ ਰਹੇ ਕਦੀ ਬਾਹਰ, ਰੋਟੀ ਬੜੀ ਸੋਹਣੀ ਬਣੀ ਆ। ਉੱਧਰ ਚੱਲ ਰਹੀਆਂ ਸਟੀਕਾਂ, ਲੋਕ ਵੀ ਆ ਗਏ ਆਪਣੇ ਗਰਮਾ ਗਰਮ ਸਮੋਸੇ, ਹੁਣ ਭਾਜੀ ਕਰਨਗੇ ਸਭ, ਇੱਧਰ ਉਤਾਵਲੇ ਨੇ ਉਹਨਾਂ ਦਾ ਧਿਆਨ ਦਿੰਦਾ ਸਰ, ਉੱਧਰ ਭਾਜੀ ਪਹੁੰਚ ਲੱਗੇ, ਉਹ ਪਿੱਛੇ ਚੋਰੀ ਚੋਰੀ ਵੀ ਮਿੰਡਾ ਗਰਮ ਗਰਮ ਨੇ ਬਾਈ, ਗਰਮ ਗਰਮ ਨੇ। ਹੈਲੋ ਭਾਜੀ, ਆ ਵੀ ਆ ਗਿਆ ਆਪਣਾ ਫੋਨ ਆਇਆ, ਬਾਬਾ ਦੀਪ ਸਿੰਘ ਦੇ ਗੁਰਦੁਆਰਾ ਸਾਹਿਬ, ਅਤੇ ਸਜਾਇਆ ਬਹੁਤ ਸੋਹਣਾ ਆਇਆ, ਦਰਸ਼ਨ ਕਰਕੇ ਫਿਰ ਅੱਗੇ ਨਿਕਲ ਜਾਣੇ, ਕਿਉਂਕਿ ਟਾਈਮ ਨਹੀਂ ਹੈਗਾ, ਬਾਰਿਸ਼ ਕਾਫੀ ਤੇਜ਼ ਪੈ ਰਹੀ ਹੈ, ਰਸ਼ ਬਹੁਤ ਜ਼ਿਆਦਾ ਲੱਗਾ ਆ, ਸਾਰੇ ਪਾਸੇ ਗੱਡੀਆਂ। ਦਰਸ਼ਨ ਕਰਕੇ ਨਿਕਲ ਚੁੱਕੇ ਹਾਂ, ਜਾਮ ਤਾਂ ਬਹੁਤ ਜ਼ਿਆਦਾ ਆ, ਇੱਕ
ਫੋਨ ਆ ਗਿਆ ਸੀ ਆਪਣੀ ਬਾਈਕ ਸਾਹਿਬ ਕੋਲ, ਅਤੇ ਬਾਈਕ ਸਟਾਰਟ ਕਰ ਦਿੰਦਾ, ਤੁਹਾਡੀ ਵਾਰਮ ਅਪ ਹੋ ਜਾਊਗੀ। ਬਾਰਿਸ਼ ਥੱਲੇ ਵੀ ਪਈ ਜਾਂਦੀ। ਹੁਣ ਬਾਈਕ ਆਪਣਾ ਫਿਊਲ ਪੈ ਰਿਹਾ ਵੀ ਮਿੱਤਰਾ, ਹੋ ਗਿਆ ਆਪਣਾ ਟੈਂਕ ਫੁੱਲ। ਠੀਕ ਹੈ, ਨਿਕਲਦੇ ਆਪਾਂ ਘਰਾਂ ਨੂੰ। ਮੈਂ ਜੀ ਕੁਝ ਪਾਰਸਲ ਮੰਗਵਾਏ ਸੀਗੇ ਸੋਨਾ 'ਚੋਂ, ਇੱਕ ਆ ਚੁੱਕਿਆ ਆ, ਇਹ ਆ ਅਲੋਏ ਕਵਰ। ਠੀਕ ਹੈ, ਆ ਆਪਣੇ ਅਲੋਏ 'ਤੇ ਲੱਗਣਗੇ, ਅਲੋਏ ਵੀ ਲਿਆ ਜਿਹੜਾ ਉਹਦੇ 'ਤੇ ਲੱਗਣਗੇ ਸਾਰਾ, ਮਤਲਬ ਬਲੈਕ ਹੋ ਜੂਗਾ। ਅਤੇ ਮੈਂ ਸੋਚ ਰਿਹਾ ਵੀ ਇੱਥੇ ਨਾ ਕੁਛ ਆਪਾਂ ਆਪਣਾ ਟੇਪਿੰਗ ਦਾ, ਮਤਲਬ ਆਪਣਾ ਲੋਗੋ ਲਗਾਵਾਂ ਯੂਟਿਊਬ ਦਾ ਜਾਂ ਸਾਈਨ ਕੀ। ਇੱਕ ਹੋਰ ਚਾਹੀਦਾ ਆ, ਆਹ ਇੱਕ ਸੈੱਟ ਆ, ਇੱਕ ਪੇਅਰ ਮਤਲਬ ਇਹ ਅਗਲੇ ਟਾਇਰ ਦਾ ਹੋ ਗਿਆ ਅਤੇ ਪਿਛਲੇ ਲੋਏ ਵੀਲ ਦਾ। ਸੋਚ ਰਿਹਾ ਵੀ ਇੱਕ ਦੁਕਾਨ ਹੈਗੀ ਆ ਆਪਣੇ ਗਿੱਲ ਚੌਂਕ, ਅਤੇ ਉੱਥੇ ਜਾ ਕੇ ਪਤਾ ਕਰਦਾ, ਜੇ ਅਗਰ ਮਿਲ ਗਿਆ ਤਾਂ ਆਪਾਂ ਉੱਥੇ ਫਿਟਿੰਗ ਕਰਵਾ ਕੇ ਲਿਆਵਾਂਗੇ, ਨਾਲ ਹੀ ਮੈਂ ਉੱਥੇ ਟੇਪਿੰਗ ਵੀ ਉੱਥੇ ਕਰਵਾ ਕੇ ਆ ਜਾਣਾ। ਬਾਕੀ ਬਾਈਕ ਦਾ ਵੀ ਅੱਗੇ ਥੋੜ੍ਹਾ ਜਿਹਾ ਕੰਮ ਰਹਿ ਗਿਆ, ਉਹ ਲਵਾ ਕੇ ਫਿਰ ਤੁਹਾਨੂੰ ਮਿਲਣਾ। ਹੁਣ ਅਸੀਂ ਵਿੱਚ ਪਾ ਦਈਏ ਵਾਪਸੀ। ਲਓ ਵੀ ਆਪਣਾ ਇੱਕ ਹੋਰ ਪਾਰਸਲ ਆ ਗਿਆ। ਆ ਮੈਂ ਪਾਰਸਲ ਲੈ ਕੇ ਅੰਦਰ ਆ ਗਿਆ ਸੀਗਾ, ਅਤੇ ਆਹ ਆਇਆ ਕੁਝ ਚਾਈਨੀਜ਼ 'ਚ ਲਿਖਿਆ ਪਤਾ ਨਹੀਂ ਕੀ, ਅਤੇ ਇਹਦੇ 'ਚੋਂ ਵਿੱਚੋਂ ਨਿਕਲੇ ਟਿਕਟਾਂ ਨਿਕਲੀਆਂ, ਟਿਕਟਾਂ ਫਿਲਮ ਟਿਕਟ। ਆਹ ਆ ਇਹਦਾ ਖਾਲੀ ਗੱਤਾ, ਇਹ ਕੇਬਲ ਆ ਚਾਰਜਿੰਗ ਕੇਬਲ, ਅਤੇ ਮੇਨ ਸਮਾਨ ਆਹ ਮਾਈਕ ਆ। ਠੀਕ ਹੈ, ਇੱਕ ਆਹ ਆ, ਇੱਕ ਓ ਟੀ ਜੀ ਆ ਆਹ ਵਾਲੀ ਵੋਇਸ ਕੰਟਰੋਲ ਦੀ ਆ। ਹੁਣ ਜਿੰਨੀ ਵੀ ਆਵਾਜ਼ ਬੋਲ ਰਿਹਾ ਨਾ ਦੇਖੋ, ਇਹ ਸਾਰੀ ਆਦੀ ਹੋਈ ਆ, ਤੁਸੀਂ ਦੱਸੋ ਨੋਇਸ ਤਾਂ ਨਹੀਂ ਆਉਂਦੀ? ਹੁਣ ਤਾਂ ਮੇਰੇ ਖਿਆਲ 'ਚ ਨੋਇਸ ਆਉਣੀ ਵੀ ਨਹੀਂ। ਚਾਚਾ ਜੀ ਨੂੰ ਮੈਂ ਕਾਲ ਕੀਤੀ ਸੀਗੀ, ਮੈਂ ਜਿਹੜੇ ਤੁਹਾਨੂੰ ਪਤਾ ਹੀ ਆ, ਤੁਸੀਂ ਪਿੱਛੇ ਦੇਖਿਆ ਹੋਊਗਾ, ਵੀਲ ਦੇ ਨਾ ਕਵਰ ਮੰਗਵਾਏ ਸੀਗੇ। ਮੈਂ ਚਾਚਾ ਜੀ ਨੂੰ ਦਿਖਾਇਆ ਸੀਗਾ ਵੀ ਚਾਚੇ ਕਹਿੰਦੇ ਇਹਦੇ ਉੱਤੇ ਨਾ ਸਟੀਕਰ ਬਣਵਾ ਲਾ, ਬਹੁਤ ਵਧੀਆ ਲੱਗੂਗਾ। ਮੈਂ ਇੱਕ ਦੋ ਵਲੋਗਰ ਤੋਂ ਦੇਖਿਆ ਵੀ ਸੀਗਾ, ਬਟ ਚਾਚਾ ਜੀ ਨੇ ਮੈਨੂੰ ਕਾਫੀ ਵਧੀਆ ਨਾ ਲੋਗ ਉਹਨਾਂ ਨੇ ਭੇਜਿਆ ਆ, ਅਤੇ ਮੈਂ ਸੋਚ ਰਿਹਾ ਵੀ ਪਹਿਲੇ ਆਪਾਂ ਉੱਥੇ ਚੱਲਦੇ ਹਾਂ, ਅਤੇ ਹਲੇ ਤਾਂ ਪਹਿਲੇ ਡਿਕਸਾਂ ਲਵਾਉਣੀਆਂ ਆ, ਡਿਕਸ ਕਵਰ ਲਵਾਉਣੇ ਆ, ਅਤੇ ਪਹਿਲੇ ਲਵਾ ਕੇ ਫਿਰ ਆਪਾਂ ਚਾਚਾ ਜੀ ਕੋ ਆਵਾਂਗੇ, ਫਿਰ ਲਵਾ ਕੇ ਤੁਹਾਨੂੰ ਦਿਖਾਉਣਾ ਫਾਈਨਲ ਰਿਜ਼ਲਟ ਕੀ ਆਉਂਦਾ। ਚਲਾਓ ਚੱਲੀਏ ਚਾਚਾ ਜੀ ਦੀ ਸ਼ੋਪ 'ਤੇ। ਹੁਣ ਮੈਂ ਆਇਆ ਸੀਗਾ ਚਾਚਾ ਜੀ ਕੋ, ਅਤੇ ਆਪਾਂ ਇਹਦੇ 'ਤੇ ਮੈਂ ਤੁਹਾਨੂੰ ਦੱਸਿਆ ਸੀਗਾ ਨਾ ਵੀ ਟੇਪਿੰਗ ਕਰਵਾਉਣੀ ਹੈ, ਅਤੇ ਮੈਂ ਇੱਦਾਂ ਨਾ ਮਤਲਬ ਇੱਥੇ ਆਪਾਂ ਬਾਈਕ ਬਣਵਾ ਕੇ ਜਿਹੜਾ ਲੋਗੋ ਦਿਖਾ ਰਿਹਾ ਮੈਂ ਤੁਹਾਨੂੰ, ਇੱਥੇ ਆਪਾਂ ਨਾਮ ਹੋਰ ਕਰਵਾ ਲੈਣਾ, ਨਾਮ ਲਿਖਵਾ ਦੇਣਾ ਆਪਣਾ। ਹਾਂ, ਹੁਣ ਉੱਧਰ ਦੀ ਬਣ ਰਿਹਾ ਹੈ ਸਟੀਕਰ ਤਿਆਰ ਕਰ ਰਿਹਾ ਕਰਕੇ।
ਫੋਰਡ ਚੈੱਕ ਕਰ ਰਹੇ ਹਾਂ ਵੀ ਕਿਹੜਾ ਸਹੀ ਰਹੇਗਾ। ਵੈਸੇ ਤਾਂ ਮੈਨੂੰ ਆਹੀ ਨੀਚੇ ਵਾਲਾ ਸਹੀ ਲੱਗ ਰਿਹਾ, ਬਾਕੀ ਇੱਕ ਵਾਰੀ ਦੇਖ ਲੈਂਦੇ ਹਾਂ ਹੋਰ ਵੀ। ਆਪਾਂ ਚਾਰਾਂ 'ਤੇ ਕਰਵਾ ਦੇਣਾ ਆ, ਇੱਕ ਦੋ ਜਾਂ ਚਾਰਾਂ, ਚਾਰ ਸਟਿੱਕਰ ਲੱਗਣਗੇ। ਫੋਰਡ ਪਹਿਲੇ ਦੇਖਦੇ ਹਾਂ ਕਿਹੜਾ ਸੋਹਣਾ ਲੱਗਦਾ, ਚਲੋ ਲਗਵਾ ਕੇ। ਆਪਣਾ ਹੋ ਰਿਹਾ ਲੋਗੋ ਤਿਆਰ, ਦੱਸੋ ਵੀ ਕਿਵੇਂ ਲੱਗਦਾ ਆ। ਇਹ ਨੀਚੇ ਨੀਚੇ ਲਈ ਆ, ਵੈਸੇ ਉਹ ਫੋਰਡ ਚੇਂਜ ਇੱਕ ਵਾਰੀ ਕਰਕੇ ਦੇਖਾਂਗੇ, ਮੈਨੂੰ ਤਾਂ ਨੀਚੇ ਲਈ ਸਹੀ ਲੱਗ ਰਿਹਾ ਆ। ਪਹਿਲੇ ਚਾਚਾ ਹੀ ਕਹਿੰਦੇ ਵੀ ਇੱਕ ਵਾਰੀ ਨਾ ਤੂੰ ਇਹ ਪਾ ਆ, ਪਲੇਟਾਂ ਦੇ ਸੀ ਉਹ ਬਾਅਦ 'ਚੋਂ ਲਾ ਲਾਂਗੇ, ਸਪੀਕਰ ਬਾਅਦ 'ਚੋਂ ਲਾ ਲਾਂਗੇ। ਕਹਿੰਦੇ ਵੀ ਇੱਕ ਵਾਰੀ ਪਹਿਲੇ ਪਲੇਟਾਂ ਫਿੱਟ ਕਰਾਇਆ, ਉਹਨਾਂ ਦਾ ਸਾਈਜ਼ ਦਾ ਪਤਾ ਲੱਗ ਜੂਗਾ ਨਾ। ਅਤੇ ਬਾਈ ਵੀ ਕਹਿੰਦਾ ਪਹਿਲੇ ਪਲੇਟਾਂ ਫਿੱਟ ਕਰਾ ਲਓ, ਸਾਈਜ਼ ਦਾ ਕਹਿੰਦੇ ਪਤਾ ਲੱਗ ਜੂਗਾ। ਹੁਣ ਇਹਨੂੰ ਤਾਂ ਖੋਲ੍ਹ ਕੇ ਅੱਧੇ ਹੀ ਛੱਡਤਾ, ਬਾਈ ਖੋਲ੍ਹਦਾ ਗਾਣਾ, ਬਾਈ ਕੋ ਖੁੱਲ੍ਹਦੀ ਨਹੀਂ ਪਈ, ਅੱਧਾ ਘੰਟਾ ਤਾਂ ਹੋ ਹੀ ਗਿਆ, ਇੱਕ ਟਾਇਰ ਨੂੰ ਹਾਲੇ ਲੱਗਾ, ਹਾਲੇ ਤਾਂ ਇਹ ਵੀ ਲੱਗਣਾ ਆ। 4:30 ਹੋ ਗਏ, 2:30 ਦਾ ਜਿਹੜਾ ਕੁੱਕੜ ਹਾਲੇ ਦੋ ਨੱਟ ਨਹੀਂ ਖੁੱਲ੍ਹਦੇ, 2:30 ਦਾ ਆ ਗਿਆ ਨਾ ਕੁੱਕੜ ਆਇਆ, ਦੋ ਨੱਟ ਕਰਕੇ ਆਉਣਾ ਟਾਈਮ ਲਾ ਰਹੇ। ਇੱਧਰ ਕੰਡਾ ਹੋ ਗਿਆ ਯਾਰ, ਆਹ ਇੱਕ ਬਾਈ ਨੇ ਪਲੇਟ ਤੋੜਤੀ, ਅੱਗੇ ਟਾਈਮ ਕਾਫੀ ਹੋ ਗਿਆ, 5 ਚੱਲੇ, 4-5 ਘੰਟੇ ਹੋ ਗਏ ਮੈਨੂੰ ਕਹਿਣਾ ਕੋਈ ਕੜੇ ਨਾਟੀ ਮਸਾ ਖੁੱਲਿਆ, ਹੁਣ ਖੁੱਲ੍ਹੇ ਹੀ ਨਹੀਂ ਹੁੰਦਾ ਤਾਂ ਬਾਈ ਨੇ ਤੋੜਤੀ ਪਲੇਟ। ਯਾਰ ਵੀਰਾ ਆ ਚੁੱਕਿਆ ਸੀਗਾ ਅਤੇ ਹੁਣ ਉਹਨਾਂ ਕੋਲ ਨੱਟ ਹੀ ਨਹੀਂ ਹੈਗੇ, ਹੁਣ ਨੱਟ ਲੈਣ ਚੱਲਾ ਇਹ ਗਲੀ 'ਚ, ਹੁਣ ਨੱਟ ਲੈ ਕੇ ਅਤੇ ਫਿਰ ਆਪਾਂ ਘਰੇ ਨਿਕਲਦੇ ਹਾਂ, ਮੈਨੂੰ ਥੋੜ੍ਹਾ ਕੰਮ ਆ, ਬਾਈਕ ਮੈਂ ਲੇਟ ਰਾਤੀ ਲੈ ਜਾਵਾਂਗਾ। ਪਹਿਲੇ ਨੱਟ ਦੇਖਦੇ ਹਾਂ, ਨੱਟ ਵਾਲਾ ਫੜਾ ਲਈ ਕਿਹੜਾ ਆ, ਨੱਟ ਫੜਾ ਕੇ ਆ ਗਏ ਸੀਗੇ ਉਹਨਾਂ ਨੂੰ। ਅਤੇ ਯਾਰ ਮੈਂ ਨਾ ਇੱਕ ਕੇਸੀ ਇਸ਼ਨਾਨ ਕੀਤਾ ਸੀਗਾ ਸਵੇਰ ਦਾ ਯਾਰ, ਅੱਧੀ ਜੂੜਾ ਪਿੱਛੇ ਕਰਕੇ ਨਾ ਕੈਬ ਜੀ ਪਾਈ ਸੀਗੀ, ਠੰਡ ਲੱਗਦੀ ਸੀਗੀ ਸਵੇਰੇ ਸਵੇਰੇ, ਉਹ ਇੱਦਾਂ ਹੀ ਮੈਂ ਨਿਕਲਿਆ, ਹੁਣ ਸਿਰ ਦਰਦ ਹੋ ਰਿਹਾ, ਹੁਣ ਘਰੇ ਜਾ ਕੇ ਪੱਗ ਬੰਨ ਕੇ ਫਿਰ ਮੈਂ ਕੰਮ ਜਾਣਾ ਆ, ਫਿਰ ਆਪਾਂ ਬਾਈਕ ਲੈਣ ਭਾਅ ਜੀ ਆ ਜਾਣਗੇ ਜਾਂ ਤਾਂ ਮੈਂ ਜਾਊਂਗਾ, ਹੁਣ ਘਰੇ ਜਾ ਰਹੇ ਹਾਂ। ਇੱਕ ਤਾਂ ਰਸ਼ ਵੀ ਬਹੁਤ ਜ਼ਿਆਦਾ ਆ ਯਾਰ, ਗੱਡੀਆਂ ਦੇਖੋ ਲੰਘਣ ਹੀ ਨਹੀਂ ਦਿੰਦੀਆਂ, ਵਿੱਚੇ ਫਿੱਚੇ ਲਾ ਕੇ ਫਸਾ ਕੇ ਬਹਿ ਜਾਂਦੇ, ਹੁਣ ਚੱਲੇ ਹਾਂ ਘਰੇ। ਅਤੇ ਵੈਸੇ ਨਾ ਚਾਚਾ ਜੀ ਥੋੜ੍ਹੇ ਫ੍ਰੀ ਨਹੀਂ ਸੀਗੇ, ਮੈਨੂੰ ਵੀ ਕਾਫੀ ਟਾਈਮ ਲੱਗ ਗਿਆ, 8 ਤਾਂ ਵੱਜ ਗਏ, 8:30 ਹੋ ਗਏ। ਅਤੇ ਆਹ ਯਾਰ ਪਲੇਟ ਲੱਗਦਾ ਫਿਰ ਟੁੱਟ ਗਈ, ਅਤੇ ਲੇਟ ਹੋ ਗਏ ਸੀਗੇ ਚਾਚਾ ਜੀ ਵੀ, ਅਤੇ ਹੁਣ ਉਹ ਕਹਿੰਦੇ ਵੀ ਸਵੇਰੇ ਮੈਂ ਉਹ ਲਾ ਦਾਂਗਾ ਸਟਿੱਕਰ ਜਿਹੜੇ ਲਵਾਉਣੇ ਆ, ਆਪਾਂ ਸਟਿੱਕਰ ਸਵੇਰੇ ਲਵਾਵਾਂਗੇ। ਆਹ ਦੇਖੋ ਅਗਲਾ, ਦੱਸੋ ਕਿਵੇਂ ਲੱਗਦੇ ਆ। ਕੰਮ ਕਰਾ ਕੇ ਆ ਚੁੱਕਿਆ ਸੀਗਾ ਮੈਂ ਘਰੇ, ਅਤੇ ਹੁਣ ਤੁਸੀਂ ਦੱਸੋ ਵੀ ਬਾਈਕ ਕਿੱਦਾਂ ਲੱਗ ਰਹੀ ਆ। ਇੱਦਾਂ ਸੋਹਣੀ ਲੱਗ ਰਹੀ ਆ ਕਵਰ ਪਵਾ ਕੇ, ਜਾਂ ਮਤਲਬ ਪਹਿਲੇ ਲੋਏ ਵੀਲ ਸੀ ਜਿੱਦਾਂ ਉੱਦਾਂ ਸਹੀ ਲੱਗ ਰਹੀ ਆ। ਵੈਸੇ ਤਾਂ ਸਵੇਰੇ ਚਾਚਾ ਜੀ ਹੁਣ ਫ੍ਰੀ ਨਹੀਂ ਸੀਗੇ ਚਾਚਾ ਜੀ, ਹੁਣ ਉਹਨਾਂ ਨੇ ਮੈਨੂੰ ਕਿਹਾ ਵੀ ਸਵੇਰੇ ਤੂੰ ਆ ਜਾਈ, 8:00 ਤੱਕ ਆ ਜਾਈ, ਅਤੇ ਆਪਾਂ ਦੁਕਾਨ 'ਤੇ ਜਾ ਕੇ ਵੀ ਸਾਰੇ ਮਤਲਬ ਜਿਹੜੇ ਸਟਿੱਕਰ ਬਣਾਏ ਆ ਉਹਨਾਂ ਦੇ ਕਲਰ ਦਾ ਥੋੜ੍ਹਾ ਹੋ ਰਿਹਾ ਸੀਗਾ ਪ੍ਰੋਬਲਮ, ਵੀ ਕਲਰ ਬਾਈਕ ਨਾਲ ਨਾ ਮਿਲਦਾ ਨਹੀਂ ਪਿਆ ਸੀ ਉਹਨਾਂ ਨੂੰ ਕੋਈ, ਅਤੇ ਹੁਣ ਉਹ ਕਹਿੰਦੇ ਵੀ ਮੈਂ ਟੇਪ ਲੈ ਆਇਆ ਹਾਂ, ਸੇਮ ਲੈ ਕੇ ਆਇਆ ਕਲਰ ਦੀ, ਹੁਣ ਸਵੇਰੇ ਮਤਲਬ ਕੱਟ ਕਰਾਂਗੇ ਸਟਿੱਕਰ ਅਤੇ ਸਵੇਰੇ ਲਵਾਵਾਂਗੇ। ਸਵੇਰ ਦਾ ਪਲੈਨ ਬਣ ਰਿਹਾ ਕਿਤੇ ਜਾਣ ਦਾ, ਇਹ ਤੁਹਾਨੂੰ ਸਵੇਰੇ ਪਤਾ ਲੱਗੇਗਾ, ਇੰਸਟਾਗ੍ਰਾਮ 'ਤੇ ਜਾ ਕੇ ਸਟੋਰੀ ਚੈੱਕ ਕਰ ਲਓ। ਸੋ ਹੋਪ ਕਰਦੇ ਹਾਂ ਅੱਜ ਦਾ ਵਲੋਗ ਤੁਹਾਨੂੰ ਵਧੀਆ ਲੱਗਾ ਹੋਊਗਾ, ਅਗਰ ਵਧੀਆ ਲੱਗਾ ਤਾਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸੋ, ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਅਤੇ ਇੰਸਟਾਗ੍ਰਾਮ 'ਤੇ ਜਾ ਕੇ ਕਰ ਲਓ ਫੋਲੋ। ਥੈਂਕ ਯੂ, ਬਾਏ ਬਾਏ।